ਦੇਖ ਲਈਏ ਟਰੈਕਟਰ ਦੇਖੋ ਯਾਰ ਤੁਹਾਨੂੰ ਬਾਈ ਜਿਹੜੇ ਟਰੈਕਟਰਾਂ ਦੀ ਨੌਲੇਜ ਰੱਖਦੇ ਆ ਨਾ ਉਹ ਦੇਖ ਸਮਝ ਸਕਦੇ ਨੇ ਵੀ ਕਿਸ ਤਰ੍ਹਾਂ ਦਾ ਟਰੈਕਟਰ ਆ ਕੀ ਆ ਨਾ ਪੁਰਾਣੇ ਤੋਂ ਪੁਰਾਣਾ ਬਾਈ ਪੁਰਾਣੇ ਤੋਂ ਪੁਰਾਣਾ ਕਿੱਦਾਂ ਹੌਲੀ ਹੌਲੀ ਟਰੈਕਟਰ ਨੇ ਤਾਂ ਬਾਈ ਸਿਰਾ ਲਾਤਾ ਪੰਜਵੇਂ 'ਚ ਰੱਖਿਆ ਟਰੈਕਟਰ ਅਤੇ ਵਿੱਚ ਹੀ ਭੇਡਾਂ ਨੇ ਇਹਨਾਂ ਕੋਲ ਵਿੱਚ ਹੀ ਬੱਕਰੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਠੀਕ ਠਾਕ ਹੱਥ ਵਾਲੇ ਉੱਧਰ ਆ ਜਾਓ ਆ ਜਾ ਕਿਵੇਂ ਆ ਤਾਂ ਸ਼ੋਅ ਵਾਲਾ ਕਿਵੇਂ ਆ ਜੌਂਡੀਅਰ ਪੁਰਾਣਾ ਲੱਗਦਾ ਮੈਨੂੰ ਮੈਨੂੰ ਪਤਾ ਤੁਹਾਨੂੰ ਆਹ ਵੀਡੀਓ ਬਾਹਲੀ ਘੈਂਟ ਲੱਗੂਗੀ ਮੈਨੂੰ ਵੀ ਬਾਹਲਾ ਇੰਜੋਏ ਕਰ ਰਿਹਾ ਮੈਂ ਵੀ ਪਿੰਡੂ ਕੈਨੇਡੀਅਨ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਮਿੰਟੂ ਸਮਾਗ ਅੱਜ ਤੁਹਾਨੂੰ ਦਿਖਾ ਰਿਹਾ ਜੀ ਕੈਨੇਡਾ ਦਾ ਇੱਕ ਫਾਰਮ ਬੜਾ ਸੋਹਣਾ ਸੇਬਾਂ ਦਾ ਸਾਰੇ ਹੀ ਬਾਗ ਇਹਨਾਂ ਦੇ ਲੱਗੇ ਹੋਏ ਆ ਇੱਥੇ ਇਹਨਾਂ ਨੇ ਜਾਨਵਰ ਰੱਖੇ ਹੋਏ ਆ ਭੇਡਾਂ ਬੱਕਰੀਆਂ ਅਤੇ ਬਾਕੀ ਹੋਰ ਕਾਫੀ ਪ੍ਰਜਾਤੀਆਂ ਮੋਰ ਵਗੈਰਾ ਰੱਖੇ ਹੋਏ ਨਾ ਮੇਰੇ ਘਰ ਤੋਂ 20 ਕਿਲੋਮੀਟਰ ਦੂਰ ਆ ਇਹ ਟਰੈਕਟਰ ਬੜੇ ਖੜ੍ਹੇ ਇਹਨਾਂ ਕੋਲ ਵੱਖ ਵੱਖ ਵਰਾਇਟੀਆਂ ਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਿਊ ਹਾਲੈਂਡ ਖੜ੍ਹਾ 4100 ਹੈ ਨਾ ਹੁਣ ਪਤਾ ਨਹੀਂ ਪੰਜਾਬ 'ਚ ਕਿਹੜਾ ਚੱਲਦਾ ਉਹ ਵੀ ਦੱਸ ਦਿਓ ਕਿਹੜਾ ਚੱਲਦਾ ਅਤੇ ਤੁਸੀਂ ਹੁਣ ਭਾਈ ਇਸ ਚੈਨਲ 'ਤੇ ਪਹਿਲਾ ਵਲੌਗ ਹੈ ਜਿਹੜਾ ਖੇਤੀ ਨੂੰ ਲੈ ਕੇ ਹੈ ਨਾ ਧੰਨ ਸੀ ਭਾਈ ਸਾਡੇ ਗੋਲੇ ਬਜ਼ੁਰਗ ਬਹੁਤ ਔਖਾ ਭਾਈ ਘੈਂਟਾ ਕੰਮ ਅਤੇ ਤੁਹਾਨੂੰ ਸਾਰੇ ਕਿਤੇ ਲੈ ਕੇ ਚੱਲਾਂਗੇ ਜੇ ਟਰੈਕਟਰ 'ਤੇ ਬੈਠਾਂਗੇ ਅਤੇ ਉੱਧਰ ਵੀ ਲੈ ਕੇ ਚੱਲਾਂਗੇ ਸਾਰੇ ਬਾਗ ਦਿਖਾਵਾਂਗੇ ਨਾ ਤੁਹਾਨੂੰ ਵੀ ਬਾਗ ਦੇ ਵਿੱਚ ਕੀ ਕੁਛ ਆ ਅਤੇ ਰਾਈਡ ਦਿੰਦੇ ਨੇ ਟਰੈਕਟਰ ਦੀ ਜੇ ਤੁਸੀਂ ਆਉਣਾ ਹੋਇਆ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਪਾਵਾਂਗੇ ਲਿੰਕ ਵੀ ਕਿੱਥੇ ਕਿਹੜੀ ਲੋਕੇਸ਼ਨ ਆ ਮਿਲਟਨ ਦੇ ਵਿੱਚ ਪੈਂਦਾ ਇਹ ਤੁਸੀਂ ਆਪਦੀ ਮਨਪਸੰਦ ਦੇ ਸੇਬ ਤੋੜ ਸਕਦੇ ਹੋ ਅਤੇ ਖੇਤੀ ਦੀਆਂ ਕੀ ਗੱਲਾਂ ਨੇ ਤੁਹਾਡੇ ਨਾਲ ਕਰਾਂਗੇ ਅੱਜ ਵੀਡੀਓ ਦੇ ਵਿੱਚ ਅਤੇ ਹੋਰ ਬੱਚਿਆਂ ਦੇ ਲਈ ਬਹੁਤ ਕੁਛ ਹੈ ਤੁਸੀਂ ਦੇਖ ਦਿਖਾਓ ਤੁਹਾਨੂੰ ਸਾਰਾ ਕੁਛ ਅਤੇ ਨਾਲ 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 ਬਣੇ ਰਹੋ ਅਤੇ ਬਾਈ ਮੇਰੀ ਤਾਂ ਰੂਹ ਖੁਸ਼ ਹੋ ਗਈ ਅਤੇ ਬਾਕੀ ਤੁਸੀਂ ਵਲੌਗ ਦੇਖੋਗੇ ਇੰਜੋਏ ਕਰੋਗੇ ਅੱਜ ਚੱਲ ਗਏ ਅਸੀਂ ਚੱਲੀਏ ਪਹਿਲਾਂ ਤੁਹਾਨੂੰ ਦਿਖਾਉਂਦੇ ਹੋ ਟਰੈਕਟਰ ਦੇ ਨਾ ਕੋਈ ਪੁਰਾਣੇ ਖੜ੍ਹੇ ਚੱਲਦੇ ਤਾਂ ਨਹੀਂ ਹੈਗੇ ਵੈਸੇ ਖੜ੍ਹੇ ਇਹਨਾਂ ਕੋਲ ਨਾ ਅਤੇ ਅੱਜ ਪੇਂਡੂ ਕੈਨੇਡੀਅਨ ਜਿਹੜਾ ਨਾਂ ਸੀਗਾ ਉਸ ਤਰੀਕੇ ਦੀ ਅੱਜ ਵੀਡੀਓ ਆਈ ਹੈ ਤੁਹਾਡੇ ਕੋਲ ਪਹਿਲੀ ਵਾਰੀ ਅਤੇ ਮੇਰਾ ਬੜੇ ਚਿਰ ਦਾ ਮਨ ਸੀਗਾ ਵੀ ਇੱਦਾਂ ਦੀ ਵੀਡੀਓ ਲੈ ਗਏ ਪਰ ਕਰੋਨਾ ਨੇ ਇਫੈਕਟ ਇਹ ਪਾਇਆ ਵੀ ਸਾਰਾ ਕੁਛ ਹੀ ਬੰਦ ਸੀ ਫਾਰਮ ਵਗੈਰਾ ਕੋਈ ਅਲਾਓ ਨਹੀਂ ਕਰਦਾ ਸੀ ਨਾ ਅਤੇ ਆਹ ਦੇਖ ਲਓ ਤੁਸੀਂ ਬਾਕੀ ਪਛਾਣ ਕਿਸਾਨੋਂ ਤੁਸੀਂ ਕਰਨੀ ਵੀ ਕਿਹੜਾ ਟਰੈਕਟਰ ਹੈ ਕਿੱਥੇ ਪੂੜੀ ਪੈਂਦੀ ਹੈ ਕਿੰਨੇ ਵਾਲੀ ਅਤੇ ਕੀ ਲੈਂਕਾਂ ਨੇ ਪਿੱਛੇ ਪੌੜੀਆਂ ਲਾ ਰੱਖੀਆਂ ਬੰਦਰਾਂ ਨੇ ਲੈਂਕਾਂ ਕੀ ਸਿਸਟਮ ਡਰਾਵਲ ਕਿੱਥੇ ਪੈਂਦਾ ਕੀ ਚੱਕਰ ਹੈ ਨਾ ਅਤੇ ਆ ਜਾਓ ਜੀ ਬੋੜਿਆਂ ਦੀ ਕਾਢਾ ਪਿੰਨਾ ਬੰਨਿਆ ਝੂਟੇ ਲੈਣ ਨੂੰ ਜਵਾਕਾਂ ਨੂੰ ਇਹ ਇੱਥੇ ਨਹੀਂ ਲਾਇਆ ਇਹਨਾਂ ਨੇ ਗੋਰੇ ਜਿਹੜੇ ਵੀ ਜਿਹੜੇ ਖੇਤਾਂ 'ਚ ਘਰ ਨੇ ਨਾ ਉਹ ਜਵਾਕਾਂ ਨੂੰ ਝੂਟਾਂ ਨੂੰ ਫੈਂਸੀ ਪੀਂਘਾਂ ਨਹੀਂ ਲਾਉਂਦੇ ਆਹੀ ਲਾਉਂਦੇ ਆ ਹੁਣ ਆਹ ਦੇਖੋ ਦਿਖਾਈਏ ਤੁਹਾਨੂੰ ਹੁਣ ਜਿਵੇਂ ਆਹ ਆਹ ਲਓ ਜਵਾਕਾਂ ਵਾਲਾ ਕੰਮ ਹੋਇਆ ਤਾਂ ਬਈ ਹੈਗਾ ਤਾਂ ਜਵਾਕ ਵਾਲਾ ਆਪਣੇ 'ਚ ਭਾਰ ਵੀ ਹੈ ਨਹੀਂ ਇੰਨਾ ਹਾਂਜੀ ਹੈਚੀ ਆਹ ਕੰਨ ਬਣਾ ਦੇਖੀ ਸਿਰਫ ਟਾਇਰ ਨੂੰ ਦਿਹੜ ਕੇ ਬਣਾਇਆ ਇਹ ਲੈ ਵੀ ਪਿੰਡਾਂ ਵਾਲੇ ਮਿਸਤਰੀ ਉਹ ਲੈ ਲਓ ਆਈਡੀਆ ਅਤੇ ਬਣਾ ਦੇ ਜਵਾਕਾਂ ਨੂੰ ਕਰ ਦਿਓ ਖੁਸ਼ ਆ ਜੀ ਠੀਕ ਆ ਜੀ ਉੱਧਰ ਵੀ ਦਿਖਾਉਂਦੇ ਹੁਣ ਆਹ ਉਹ ਬਾਈ ਬਾਕੀ ਯਾਰ ਹੈ ਨਾ ਗੋਰਿਆਂ ਦਾ ਵੀ ਕਾੜ ਹੁਣ ਭਾਈ ਤੁਸੀਂ ਗੁਰਸੀਤ ਤੋਂ ਝੂਟ ਦੇਈਏ ਆ ਜਾ ਪੁੱਤ ਤੈਨੂੰ ਦੇਵਾਂ ਝੂਟਾ ਹੁਣ ਉਹ ਮੇਰੀ ਖੰਡ ਮਿਜਰੀ ਰੱਬ ਦੋਏ ਜਵਾਕਾਂ ਨਾਲ ਭਾਈ ਜਵਾਕਾਂ ਵਰਗਾ ਹੋਣਾ ਪੈਂਦਾ ਨਹੀਂ ਜਵਾਕ ਰੋਣ ਲੱਗ ਜਾਂਦੇ ਆ ਦੂਸਰੇ ਬੈਠ ਵੀ ਆ ਜਾ ਰਹਾਂ ਤੁਸੀਂ ਇੱਧਰ ਆ ਜਾ ਇਹ ਪਰ ਜਿੱਧਰ ਮੂੰਹ ਕਰੋ ਉੱਧਰ ਹੀ ਆ ਜੀ ਲਓ ਜੀ ਲਓ ਜੀ ਪਰ ਮੈਂ ਉੱਥੇ ਚੜ੍ਹ ਨਹੀਂ ਸਕਦਾ ਸੱਟ ਖਾ ਲੂੰ ਗੁਰਜੀਤ ਵੀ ਤਿਲਕ ਨਹੀਂ ਸਕਦੀ ਪਰ ਬਹੁਤ ਸੋਹਣਾ ਬਣਾਇਆ ਪੁਰਾਣੀ ਤੇ ਰੋਡ ਨੂੰ ਚਲੋ ਜੀ ਹੁਣ ਆਪਾਂ ਮਾਰਕੀਟ 'ਚ ਚੱਲਦੇ ਹਾਂ ਬਾਕੀ ਤੁਹਾਨੂੰ ਉੱਧਰ ਹੁਣ ਪਸ਼ੂਆਂ ਵਾਲੇ ਪਾਸੇ ਲੈ ਕੇ ਜਾਂਦੇ ਹਾਂ ਜਿਹੜੇ ਆਪਣੇ ਜਾਨਵਰ ਰੱਖੇ ਇਹਨਾਂ ਨੇ ਕੋਈ ਜਿਹੜਾ ਹੈਗਾ ਐਨੀਮਲ ਲਵਰ ਆ ਬਾਈ ਇੱਥੇ ਆਵੇ ਰੂਹ ਖੁਸ਼ ਹੁੰਦੀ ਹੈ ਮੈਂ ਕਹਿੰਦਾ ਸੋ ਪਰਿਵਾਰ ਨਾਲ ਜੇ ਤੁਸੀਂ ਟ੍ਰਿਪ ਲਾਉਣੀ ਆ ਨਾ ਮੈਂ ਕਹਿੰਦਾ ਇਹਦੇ ਵਰਗੀ ਰੀਸ ਨਹੀਂ ਕੋਈ ਕਿਉਂਕਿ ਜਵਾਕਾਂ ਨੂੰ ਹੁੰਦਾ ਜੀ ਰੇਤਾ ਰੂਤਾ ਵਧੀਆ ਲੱਗਦਾ ਹਨ ਸੋ ਆਹ ਦੇਖੋ ਜੀ ਜਵਾਕ ਨਾ ਚੌੜ ਕਰਦੇ ਆ ਬਹੁਤ ਘੈਂਟ ਚੀਜ਼ ਆ ਮੈਂ ਕਹਿੰਦਾ ਵੀ ਜੇ ਜਿਹੜੀ ਆਹ ਪਰਾਲੀ ਜੀ ਇਹ ਅਕਸਰ ਘਾਹ ਜਿਹੜਾ ਹੁੰਦਾ ਮਸ਼ੀਨਾਂ ਨਾਲ ਇਹ ਬਣਾ ਕੇ ਗੋਲੇ ਰੱਖ ਦਿੰਦੇ ਨੇ ਜਦੋਂ ਸਰਦੀਆਂ ਸਭ ਕੁਛ ਮੁੱਕ ਜਾਂਦਾ ਲਗਭਗ ਉਦੋਂ ਯੂਜ਼ ਕਰਦੇ ਆ ਮੋਸਟਲੀ ਇਹ ਗਾਈਆਂ ਮੂਹਰੇ ਸੁੱਟ ਦਿੰਦੇ ਨੇ
ਤੇ ਫਿਰ ਇਹਨੂੰ ਪਰਾਲੀ ਪਰੂਲੀ ਖਾਈ ਜਾਂਦੀ ਹੈ ਨਾ, ਕਿਉਂਕਿ ਠੰਡ ਹੋ ਜਾਂਦੀ ਜਦੋਂ ਸਨੋਅ ਪੈਂਦੀ ਹੈ, ਫਿਰ ਘਾਹ ਅਵੇਲੇਬਲ ਨਹੀਂ ਹੁੰਦਾ। ਬਾਕੀ ਫੈਕਟਰੀਆਂ ਫੂਕਟਰੀਆਂ 'ਚ ਭੇਜਦੇ ਨੇ, ਬਾਕੀ ਇਹਨਾਂ ਨੇ ਸੋਹਣਾ ਬਣਾਇਆ ਭਾਈ ਆ ਜਵਾਬ। ਲਓ ਜੀ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਨਾ ਇਹਨਾਂ ਨੇ ਜਾਨਵਰ ਰੱਖੇ ਹੋਏ ਨੇ ਸੋਹਣੇ। ਆਹ ਰੱਖੀਏ ਜੀ ਭੇਡ ਆ, ਵੱਖ ਵੱਖ ਵਰਾਇਟੀਆਂ ਦੀ ਨਾ, ਵੱਡਾ ਰੀਨਾ ਭਾਈ ਤੂੰ। ਆਹ ਦੇਖ ਮੇਮਣਾ ਕਿੰਨਾ ਸੋਹਣਾ। ਲਓ ਜੀ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਬੱਚੀ ਦੇਖੀ। ਹਾਂ ਪੁੱਤ ਕਿਵੇਂ ਲੱਗੀ ਆ, ਓਏ ਕਿਵੇਂ ਲੱਗਿਆ ਖਾਚੀ, ਘੈਂਟ ਲੱਗੀ ਜਾਂਦਾ ਆਏ ਆਏ। ਗੁਰਸੀਰ ਤਾਂ ਪੂਰਾ ਇੰਜੋਏ ਕਰ ਰਹੀ ਹੈ ਜੀ। ਹਾਂ ਆਏ ਆਏ ਬੱਚੀ ਮੁਰਗੀਆਂ ਵੀ ਬੈਠੀਆਂ ਇਹਨਾਂ ਦੇ। ਮਿਲਟਨ ਆ ਬਾਈ, ਮਿਲਟਨ ਮੇਰੇ ਘਰ ਤੋਂ 15 ਕਿਲੋਮੀਟਰ ਆ ਇਹ, ਪਰ ਇਹ ਡਿਫਰੈਂਟ ਬਰੀਡ ਇਹਨਾਂ ਦੀ ਨਾ। ਕੈਮਰੇ ਦਾ ਹਾਂ ਬਣ ਗਿਆ। ਲਓ ਜੀ ਇਹ ਵੀ ਮੁਰਗੀ ਨੇ, ਵੈਸੇ ਇੱਕ ਆ ਵੀ ਆ, ਇਹ ਮੋਰ ਨੇ ਬਾਈ। ਮੈਂ ਇਹਨਾਂ ਨੂੰ ਪੁੱਛਿਆ ਸੀ ਡਰੋਨ ਨਹੀਂ ਉਡਾ ਸਕਦੇ ਆਪਾਂ, ਕਹਿੰਦੇ ਵੀ ਪੰਛੀਆਂ ਨੂੰ ਡਰ ਜਾਣਗੇ ਪੰਛੀ, ਸੋ ਆਪਾਂ ਨਹੀਂ ਉਡਾਉਣਾ। ਪਰ ਡਰੋਨ ਨਾਲ ਨਜ਼ਾਰਾ ਵੱਖਰਾ ਹੋਣਾ ਸੀ, ਵਿੱਚ ਹੀ ਕੁੱਕੜ ਤੁਰਿਆ ਫਿਰਦਾ, ਘਰ ਦੀ ਗੱਲ ਬਣਾ ਰੱਖੀ ਆ। ਓਏ ਕਿੱਦਾਂ, ਚਲੋ ਜੀ। ਸੋ ਲਓ ਜੀ, ਜੇ ਹਿਰਨ ਨਹੀਂ ਦੇਖੇ ਅੱਜ ਤੱਕ ਫਿਰ ਅੱਜ ਦੇਖ ਲਓ। ਜਿਹੜੇ ਕਹਿੰਦੇ ਨੇ ਬਾਈ ਹਿਰਨ ਕਿੱਡੇ ਹੀ ਹੁੰਦੇ ਨੇ, ਜਿਹੜੇ ਟਰੱਕਾਂ ਮੂਹਰੇ ਆਉਂਦੇ ਨੇ, ਟਰੱਕਾਂ ਮੂਹਰੇ ਜਿਹੜੇ ਆ ਹੁੰਦੇ ਨੇ, ਆਹ ਹਿਰਨ ਆਉਂਦੇ ਨੇ ਟਰੱਕਾਂ ਮੂਹਰੇ ਸਾਡੇ, ਮੋਸਟਲੀ ਸਾਰਾ ਅਮਰੀਕਾ ਭਰਿਆ ਪਿਆ। ਬੱਚਾ ਬੈਠਾ ਦੇਖੋ ਨਿੱਕਾ ਜਿਹਾ, ਕਿੰਨਾ ਸੋਹਣਾ। ਹਾਂਜੀ ਹਾਂਜੀ ਉਹ ਵੀ ਦਿਖਾਉਂਦੇ ਹਾਂ ਜੀ। ਰਮਨ ਨੂੰ ਐਕਸਾਈਟਮੈਂਟ ਥੋੜ੍ਹੀ ਜ਼ਿਆਦਾ ਭਾਈ, ਮੇਰੀ ਤਾਂ ਰੂਹ ਖੁਸ਼ ਹੋ ਗਈ ਇੱਥੇ ਆ ਕੇ ਯਾਰ। ਮੇਰੇ ਘਰ ਤੋਂ ਸਿਰਫ 12-13 ਕਿਲੋਮੀਟਰ ਸੀ, ਕਦੇ ਪਤਾ ਹੀ ਨਹੀਂ ਲੱਗਿਆ ਨਾ। ਲਓ ਬਈ ਆਹ ਤਾਂ ਤੁਹਾਨੂੰ ਪਤਾ ਹੀ ਹੋਣਾ। ਹੈਲੋ ਸਰ, ਤਾਂ ਚੱਕ ਬਾਬੇ, ਅਤੇ ਵਿੱਚ ਹੀ ਭੇਡਾਂ ਨੇ ਇਹਨਾਂ ਕੋਲ, ਵਿੱਚ ਹੀ ਬੱਕਰੀਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ, ਠੀਕ ਠਾਕ, ਹੱਥ ਵਾਲੇ ਉੱਧਰ ਆ ਜਾਓ, ਆ ਜਾ। ਕਿਵੇਂ ਆ? ਲਓ ਜੀ ਘੈਂਟਾ ਬਾਈ, ਕੰਮ ਬਹੁਤ ਸੋਹਣਾ। ਇੱਧਰ ਬਾਗ ਆ ਸਾਹਮਣੇ ਜੀ ਸਾਰਾ, ਧੁਰ ਤੱਕ ਹੀ ਹੈ ਨਾ, ਅਤੇ ਇੱਧਰ ਵੀ ਚੱਲਾਂਗੇ, ਟਰੈਕਟਰ 'ਤੇ ਜਾਵਾਂਗੇ ਆਪਾਂ, ਦਿਖਾਵਾਂਗੇ ਤੁਹਾਨੂੰ। ਲਓ ਜੀ ਜਿਹੜਾ ਬਾਈ ਜਾਨਵਰਾਂ ਨਾਲ ਪਿਆਰ ਆ ਨਾ, ਇੱਥੇ ਜ਼ਰੂਰ ਆਇਓ ਯਾਰ, ਮੇਰਾ ਤਾਂ ਬਹੁਤ ਜ਼ਿਆਦਾ ਪਿਆਰ ਆ। ਮਾਂ ਪੁੱਤ ਕੀ ਜੀ, ਓਏ ਡੈਫੀ ਓਏ। ਲਓ ਜੀ ਸ਼ਾਂਤ ਨੇ ਭਾਈ ਪੂਰੇ, ਹੌਂਕੀ ਜਾਂਦੇ ਭਰਾ, ਗਰਮੀ ਬਾਹਲੀ ਆ। ਹਾਂ ਜੀ ਤੁਹਾਡੇ ਕੋਲ ਵੀ ਆਉਂਦੇ, ਮੈਨੂੰ ਪਤਾ ਤੁਸੀਂ ਮੈਨੂੰ ਬੁਲਾਈ ਜਾਂਦੇ, ਤੁਹਾਡੇ ਕੋਲ ਆ ਤਾਂ ਰਿਹਾ ਮੈਂ, ਥੋੜ੍ਹਾ ਸਬਰ ਕਰੀਦਾ ਹੁੰਦਾ ਨਾ। ਇਹ ਕੀ ਬਈ ਮੈਂ ਸਬਰ ਕਰਦਾ ਮੂੰਹ ਇਹਦਾ, ਵਰਾਇਟੀਆਂ ਬਾਹਲੀਆਂ ਭਾਈ। ਲਓ ਜੀ ਇਹ ਹੈਗਾ ਜੀ ਆਪਣਾ, ਇੱਥੇ ਲਿਖਿਆ ਹੋਇਆ ਬਟ ਆਈ ਐਮ ਖਾਲ ਐਲਪੈਕਸ ਬੁੱਕਸ ਆਪਣੀ ਅੰਗਰੇਜ਼ੀ, ਹੁਣ ਤੁਹਾਨੂੰ ਪਤਾ ਹੀ ਆ ਪਿੰਡ ਗੁਰਜੀ ਦੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਆ? ਓਏ ਕਿੰਨਾ ਸੋਹਣਾ, ਡਰਦਾ ਨਾ, ਇਹਨਾਂ ਦੀ ਵੀ ਭਾਈ ਉੱਨ ਕੱਟ ਕੇ ਰੱਖਦੇ ਆ ਇਹ। ਦੱਸਿਓ ਬਾਈ ਜੇ ਕਿਸੇ ਨੂੰ ਪਤਾ ਹੋਵੇ ਕਿਹੜਾ ਜਾਨਵਰ ਹੈ ਅੱਧਾ, ਇਹ ਰਾਣ ਕਹਿੰਦੀ ਉੱਠਦਾ ਬੱਚਾ ਹੈ। ਨਹੀਂ ਭਾਈ ਉੱਠਦਾ ਬੱਚਾ ਨਹੀਂ ਇਹ ਬਾਈ, ਊੜਾ ਉੱਠਾ ਕਿ ਬੋਤਾ ਦੱਸੀ, ਨਹੀਂ ਦੱਸਣਾ ਕਹਿੰਦਾ, ਖੱਲ ਕੰਮ ਕਰ ਕਹਿੰਦਾ। ਲਓ ਜੀ ਹੁਣ ਆਪਾਂ ਤੁਹਾਨੂੰ ਉੱਧਰ ਲੈ ਕੇ ਚੱਲਦੇ ਹਾਂ, ਆ ਜਾਓ ਜੀ। ਕਹਿੰਦੇ ਮੋੜੀ ਮੋੜੀ ਵੇਗਲ ਜਾ ਰਹੀ, ਭੇਡਾਂ ਦੂਰ ਗਈਆਂ ਕਿੱਦਾਂ, ਆਹ ਦੇਖ ਕੋਈ ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ ਦੁਨੀਆਂ ਦੀ, ਇਹਨਾਂ ਨੂੰ ਡਰਦੇ ਨੂੰ ਤੁਸੀਂ, ਡਰਦੀਆਂ ਹੈ ਨਹੀਂ ਬਾਈ। ਹਾਂਜੀ ਹਾਂ, ਕੀਰਤ ਮਾਰਦੇ ਛਾਲਾਂ ਖਾਣ ਨੂੰ ਭਾਲਦੇ, ਮੈਂ ਤਾਂ ਭੁੱਖਾ ਮਰੀ ਜਾਂਦਾ। ਘੈਂਟ ਆ ਬਾਈ ਯਾਰ, ਬਾਹਲੀ ਸੋਹਣਾ। ਉੱਧਰ ਇੱਕ ਮੱਛੀ ਉਹ ਖੜੀ ਆ, ਉਹ ਵੀ ਤੁਹਾਨੂੰ ਮਿਲਾ ਦਈਏ ਉਹਦੇ ਨਾਲ ਵੀ। ਇਹ ਹੈਗੀ ਆ ਦੇਸੀ ਗਾਂ ਦੀ ਮੱਛੀ, ਆਪਾਂ ਪਿੰਡਾਂ 'ਚ ਕਹਿੰਦੇ ਦੇਸੀ ਗਾਂ ਦੀ ਮੱਛੀ, ਮੱਛੀ ਨਹੀਂ ਬੱਸੀ। ਓਏ ਦੇਖਦਾ ਓਏ ਪੁੱਤ, ਹਾਂ ਪਹਿਲੀ ਵਾਰ ਦੇਖਿਆ ਨੇ, ਕੋਈ ਨਾ ਪੁੱਤ, ਸਾਰਾ ਪੰਜਾਬ ਇਹਨਾਂ ਨਾਲ ਹੀ ਭਰਿਆ ਹੋਇਆ, ਮਾਨਸਾ ਸੜਕਾਂ 'ਤੇ ਬੈਠੇ ਨੇ, ਟੈਨਸ਼ਨ ਕਾਹਤੋਂ ਲੈਣੀ ਆ ਤੈਨੂੰ, ਤੈਨੂੰ ਪੰਜਾਬ 'ਚ ਤੈਨੂੰ ਮਾਨਸਾ ਦਿਸੂ, ਆਹ ਕੁਛ ਡਿੱਗੇ ਪਏ ਨੇ ਜੀ ਐਪਲ ਹੈ ਨਾ। ਲਓ ਜੀ ਟਰੈਕਟਰ ਪਤਾ ਨਹੀਂ ਕਿਹੜਾ ਭਾਈ, ਐਲਸ ਸ਼ਲਮਰਸ ਡੀ 14, ਗੂਗਲ ਕਰਕੇ ਪਤਾ ਲੱਗੂਗਾ। ਆਹ ਅੱਗੇ ਬ੍ਰੇਕ ਇਹਦੇ, ਆਹ ਪਤਾ ਨਹੀਂ ਕੀ ਚੀਜ਼ ਆ, ਆਹ ਕੀ ਚੀਜ਼ ਆ, ਆਹ ਲੈਂਕਾਂ, ਡਰਾਵਲ ਕਹਿੰਦੇ ਸੀ ਜਿਹੜਾ ਵਿੱਚ ਡਰਾਵਲ ਪੈਂਦਾ ਹੁੰਦਾ ਇਹਦੇ।
ਸਾਰਾ ਪਤਾ ਭਾਈ ਹੁਣ ਅਸੀਂ ਪਿੰਡਾਂ 'ਚ ਹੀ ਆਏ ਹੈਲੋ ਹੈ ਦਿਖਾਓ ਨਾ ਬੱਚੀ ਵੀ ਦਿਖਾਉਣ ਸੋ ਇਹ ਹੈਗੇ ਨੇ ਜੀ ਟਾਮ ਹੋਰੀ ਨੇ ਹੈਲੋ ਇਹ ਭਾਈ ਇਹ ਨਸਲ ਹੋਰ ਆ ਜੀ ਘੋੜਿਆਂ ਦੀ ਇਹ ਤਾਂ ਬੱਚੇ ਨਹੀਂ ਹੈਗੇ ਪਛੇਰੇ ਨਹੀਂ ਕਹਿ ਸਕਦੇ ਆਪਾਂ ਇਹਨਾਂ ਦੀ ਨਸਲ ਹੀ ਇੱਦਾਂ ਦੀ ਇਹ ਛੋਟੇ ਛੋਟੇ ਹੁੰਦੇ ਨੇ ਫਿਲਮਾਂ ਫਿਲਮਾਂ 'ਚ ਦੇਖਦੇ ਜੇ ਪੁਰਾਣੇ ਹੈ ਨਾ ਜਿੱਦਾਂ ਇਹ ਟੂ ਫੀਡ ਦਾ ਡੌਂਕੀਜ਼ ਓਕੇ ਡੌਂਕੀ ਉਹ ਵੀ ਹੈ ਨਹੀਂ ਆਪਾਂ ਕਹਿ ਸਕਦੇ ਜਿਵੇਂ ਮੈਨੂੰ ਲੱਗਦਾ ਵੀ ਗਧੇ ਖੋਤੇ ਤਾਂ ਇਹ ਨਹੀਂ ਬਣਦੇ ਤਾਂ ਬਰੀਡ ਰੱਬ ਜਾਣੇ ਭਾਈ ਆ ਜਾਓ ਇੱਥੇ ਕਿਹੜਾ ਰਿਸਰਚ ਕਰਨੀ ਦੇਖਣਾ ਆਪਾਂ ਤਾਂ ਹੁਣ ਆਪਾਂ ਉਹ ਟਰੈਕਟਰ 'ਤੇ ਵੀ ਚੜ੍ਹਦੇ ਹਾਂ ਜੇ ਕੀ ਕਹਿੰਦੇ ਉੱਥੇ ਅਤੇ ਟਰੈਕਟਰ ਤਾਂ ਬਹੁਤ ਖੜ੍ਹੇ ਆ ਇੱਥੇ ਹੁਣ ਜੱਟੋ ਅਸੀਂ ਚਾਹ ਚੂਹ ਪੀ ਲਈਏ ਪਾਣੀ ਪੂਣੀ ਲੈ ਲਈਏ ਫਿਰ ਤੁਹਾਨੂੰ ਖੇਤ 'ਚ ਲੈ ਕੇ ਚੱਲਾਂਗੇ ਆਪਾਂ ਕਿੰਨੇ ਬਾਈ ਕਿੰਨੇ ਮਰਜ਼ੀ ਮਹਿੰਗੇ ਰੈਸਟੋਰੈਂਟ ਜਾਂ ਕਿੰਨੀਆਂ ਮਰਜ਼ੀ ਘੈਂਟ ਘੈਂਟ ਆਪਾਂ ਲੋਕੇਸ਼ਨਾਂ 'ਤੇ ਵਗ ਜਾਈਏ ਪਰ ਜਿਹੜਾ ਆਹ ਸਕੂਨ ਦਰਖਤ ਥੱਲੇ ਬਹਿ ਕੇ ਆਉਂਦਾ ਨਾ ਟਰੈਕਟਰ ਆਸੇ ਪਾਸੇ ਕਿਸਾਨ ਦਾ ਪੁੱਤ ਇਹ ਸਮਝ ਸਕਦਾ ਵੀ ਇਹ ਚੀਜ਼ ਬਹੁਤ ਵਧੀਆ ਚਮਕ ਦਮਕ ਤਾਂ ਕੈਨੇਡਾ ਦੀ ਸਾਰਿਆਂ ਨੇ ਦੇਖੀ ਆ ਪੈਸੇ ਚਲੋ ਬਹੁਤ ਨੇ ਪਰ ਆਹ ਜਿਹੜਾ ਸਕੂਨ ਠੰਡੀ ਠੰਡੀ ਆਵਾਜ਼ ਲੱਗਦਾ ਪਿੰਡ ਤਾਏ ਕੋਲ ਬੈਠਾ ਉਹਨਾਂ ਚਾਹ ਧਰੀ ਹੁੰਦੀ ਆ ਚੁੱਲ੍ਹੇ 'ਤੇ ਆਹ ਸਿਰਾ ਪਰ ਮਜਬੂਰੀਆਂ ਚਲੋ ਹੁਣ ਇੱਧਰ ਆ ਗਏ ਪਰ ਬਾਈ ਪਰਿਵਾਰ ਨੂੰ ਜੇ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਇੱਥੇ ਫਾਰਮਾਂ 'ਚ ਜ਼ਰੂਰ ਲੈ ਜਾਇਆ ਕਰੋ ਹੁਣ ਆਪਾਂ ਹੋਰ ਵੀ ਲੈ ਕੇ ਆਉਣੇ ਹਾਂ ਜਿਵੇਂ ਹੁਣ ਆਹ ਫਾਰਮ ਆ ਜਿਹੜੀ ਆਪਾਂ ਬਿਲਡਿੰਗਾਂ ਬੁਲਡਿੰਗਾਂ ਦੇਖਦੇ ਹਾਂ ਨੇੜੇ ਆ ਜੋ ਮਾੜਾ ਜਿਹਾ ਹੁਣ ਜਿਹੜੀਆਂ ਆਪਾਂ ਬਿਲਡਿੰਗਾਂ ਦੇਖਦੇ ਹਾਂ ਮੋਸਟਲੀ ਉਹ ਹੁੰਦੀਆਂ ਨੇ ਡਾਊਨ ਟਾਊਨ ਸ਼ਹਿਰ ਦੇ ਵਿੱਚ ਜਦੋਂ ਸ਼ਹਿਰ ਤੋਂ ਬਾਹਰ ਬਾਹਰ ਜਾਂਦੇ ਹਾਂ ਆਪਾਂ ਤਾਂ ਆਪਾਂ ਨੂੰ ਪਿੰਡ ਖੇਤ ਖੇਤ ਕਿਉਂਕਿ ਖੇਤੀ ਬਹੁਤ ਹੁੰਦੀ ਆ ਕੈਨੇਡਾ 'ਚ ਇਹ ਕੋਈ ਚੱਕਰ ਨਹੀਂ ਹੁਣ ਬਹੁਤੇ ਵੀ ਜਾਂਦੇ ਕੁਐਸਚਨ ਆਉਣਗੇ ਬਈ ਫਾਰਮਿੰਗ ਵੀਜ਼ਾ ਜਾਂ ਜੇ ਆਪਾਂ ਇੱਧਰ ਗੱਲ ਕਰੀਏ ਫਾਰਮਿੰਗ ਵੀਜ਼ਾ ਕਿਸਾਨਾਂ ਦੇ ਆਪਦੇ ਬੱਚੇ ਲੱਗੇ ਹੋਏ ਨੇ ਆਪ ਕਿਸਾਨ ਕਰਦੇ ਆ ਕੰਮ ਜਿਹੜੇ ਤੁਸੀਂ ਕਹਿੰਦੇ ਉਹ ਆਪਣੇ ਪੰਜਾਬੀ ਫਾਰਮ ਉੱਥੇ ਜਦੋਂ ਕੰਮ ਜਿਹੜੀ ਲੋੜ ਹੁੰਦੀ ਹੈ ਖਾਸ ਕਰਕੇ BC ਸਰੀ ਸਾਈਡ ਜ਼ਿਆਦੇ ਆ ਇੱਧਰ ਸਾਡੇ ਘੱਟ ਆ ਸੋ ਫਾਰਮਿੰਗ ਵੀਜ਼ੇ ਲੱਗਦੇ ਨੇ ਉਹਦੇ ਬਾਰੇ ਇੰਨੀ ਨੌਲੇਜ ਨਹੀਂ ਮੈਨੂੰ ਐਵੇਂ ਕਹਿੰਦਾ ਤੁਹਾਨੂੰ ਪਰ ਜਦੋਂ ਇੱਥੇ ਜੇ ਕੰਮ ਕਰਨਾ ਹੋਵੇ ਜੇ $14 $15 ਪੇ ਕਰਦੇ ਜਿਵੇਂ ਸਬਜ਼ੀਆਂ ਪੱਟਣ ਦੇ ਸੇਬ ਤੋੜਨ ਦੇ ਬੇਰੀਆਂ ਤੋੜਨ ਦੇ ਬੇਰੀਆਂ ਵਾਲਾ ਅਗਲਾ ਬਲੌਗ ਆਊਗਾ ਬੇਰੀਆਂ ਤੋੜਾਂਗੇ ਉੱਥੇ ਆਪਾਂ ਆਪ ਜਾ ਕੇ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਹੁਣ ਆਪਾਂ ਚਲੋ ਜੀ ਚੱਲੀਏ ਉਹ ਆਪਣਾ ਗੂਰਾ ਵੇਟ ਕਰਦਾ ਕਹਿੰਦਾ ਟਰੈਕਟਰ 'ਤੇ ਰਾਈਡ ਲਾ ਕੇ ਆਉਣੀ ਆ ਅਤੇ ਤੁਹਾਨੂੰ ਰਾਈਡ ਕਰਾਉਣੇ ਆ ਜਾਓ ਚਲੋ ਚੱਲੀਏ ਜੀ ਰਾਈਡ ਤਾਂ ਚੱਲਾਂਗੇ ਪਹਿਲਾਂ ਦੇਖ ਲਈਏ ਟਰੈਕਟਰ ਦੇਖੋ ਯਾਰ ਤੁਹਾਨੂੰ ਬਾਈ ਜਿਹੜੇ ਟਰੈਕਟਰਾਂ ਦੀ ਨੌਲੇਜ ਰੱਖਦੇ ਹੈ ਨਾ ਉਹ ਦੇਖ ਸਮਝ ਸਕਦੇ ਨੇ ਵੀ ਕਿਸ ਤਰ੍ਹਾਂ ਦਾ ਟਰੈਕਟਰ ਆ ਕੀ ਆ ਨਾ ਪੁਰਾਣੇ ਤੋਂ ਪੁਰਾਣਾ ਬਾਈ ਪੁਰਾਣੇ ਤੋਂ ਪੁਰਾਣਾ ਕਿੱਦਾਂ ਹੌਲੀ ਹੌਲੀ 1 ਲੀਵਰ 2 ਲੀਵਰ 3 ਗੇਅਰ 4 ਗੇਅਰ ਫਿਰ ਹੌਲੀ ਹੌਲੀ ਤੁਸੀਂ ਜੌਂਡੀਅਰ 'ਤੇ ਆਏ ਆਹ ਖੜਾ ਹੋ ਜੌਂਡੀਅਰ ਵੀ ਹੈ ਨਾ ਕਿਸਾਨੀ ਪਰ ਅੱਜ ਕੱਲ੍ਹ ਧੱਕਾ ਤਾਂ ਚਲੋ ਕਿਸਾਨਾਂ ਨਾਲ ਬਜਾ ਰਹਿਣਾ ਬਹੁਤ ਹੁੰਦਾ ਪਰ ਜੇ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਇੱਥੇ ਤਾਂ ਲੋਨ ਦਿੰਦੀ ਸਰਕਾਰ ਤੁਸੀਂ ਖੇਤੀ 'ਚ ਆਉਣਾ ਚਾਹੁੰਦੇ ਹੋ ਤੁਸੀਂ ਬਲੌਗ ਦੇਖ ਸਕਦੇ ਇੱਕ ਗੋਰੇ ਦੇ ਬਲੌਗ ਪਾਉਂਦਾ ਹੁੰਦਾ ਬਾਈ ਅਮਰੀਕਾ ਦਾ ਉਹ ਖੇਤੀ ਕਰਦਾ ਉਹ ਅਤੇ ਉਹ ਮਤਲਬ ਖੇਤੀ 'ਚ ਪੂਰਾ ਦੱਸਦਾ ਵੀ ਕਿੱਦਾਂ ਸਰਕਾਰ ਸਾਨੂੰ ਪ੍ਰਮੋਟ ਕਰਦੀ ਹੈ ਖੇਤੀ 'ਚ ਅੱਗੇ ਆਉਣ ਨੂੰ ਬਾਕੀ ਤੁਸੀਂ ਦੇਖ ਸਕਦੇ ਹੋ ਨਾ ਜੇ ਆਹ ਸੇਬ ਪੱਕੇ ਨਹੀਂ ਹੈਗੇ ਆਹ ਮਤਲਬ ਉੱਥੇ ਜਿਹੜਾ ਤੱਕ ਸ਼ੋਅ ਵਾਲਾ ਕਿਵੇਂ ਆ ਜੌਂਡੀਅਰ ਪੁਰਾਣਾ ਲੱਗਦਾ ਮੈਨੂੰ ਮੈਨੂੰ ਪਤਾ ਤੁਹਾਨੂੰ ਆਹ ਵੀਡੀਓ ਬਾਹਲੀ ਘੈਂਟ ਲੱਗੂਗੀ ਮੈਨੂੰ ਵੀ ਬਾਹਲਾ ਇੰਜੋਏ ਕਰ ਰਿਹਾ ਮੈਂ ਵੀ ਸੋ ਲਓ ਜੀ ਚੱਲੀਏ ਬਾਪੂ ਜੀ ਆਪਣੇ ਨਾਲ ਨੇ ਕਹਿੰਦੇ ਲਓ ਨਜ਼ਾਰੇ ਰਿਆਲ ਫਾਰਮਰਸ ਦੈਟਸ ਵਾਈ ਵੀ ਲਾਈਕ ਟ੍ਰੈਕਟਰਸ ਵੈਲ ਆਈ ਗਿਵ ਯੂ ਅ ਲਿਟਲ ਬੈਕਗ੍ਰਾਉਂਡ ਹੇਅਰ ਦਿਸ ਚੰਡੀਸ ਇਜ਼ ਪ੍ਰੋਬਬਲੀ ਅਬਾਊਟ ਲਿਟਲ ਓਵਰ 100 ਏਕਰ ਫਾਰਮ ਦਿਸ ਵਨ ਰਾਈਟ ਯਾ ਐਂਡ ਦੇਰਸ 54 ਏਕਰਸ ਆਫ ਇਟ ਆਰ ਅੰਡਰ ਅੰਡਰ ਓਰਚਰਡ ਓਕੇ ਓਕੇ ਐਂਡ ਵਿਦ ਦੈਟ ਲੈਟਸ ਗੋ ਫਾਈਂਡ ਸਮ ਐਪਲ ਟ੍ਰੀਸ ਯਾ ਲੈਟਸ ਗੋ ਓਕੇ ਟੈਡ ਨੇ ਦੱਸਿਆ ਆਪਾਂ ਨੂੰ ਵੀ ਕਿੰਨਾ ਕੁ ਪੁਰਾਣਾ ਇਹ ਅਤੇ ਵੀ ਕਿੰਨੇ ਕੁ ਏਕੜ ਦੇ ਵਿੱਚ ਹੈਗੀ ਇਹ ਕਿੰਨੇ ਟ੍ਰੀਜ਼ ਨੇ ਇੱਥੇ ਨਾ ਬਾਕੀ ਇਹਨਾਂ ਦੇ ਸੇਫਟੀ ਪ੍ਰੋਟੋਕੋਲ ਹੁੰਦੇ ਨੇ ਵੀ ਤੁਸੀਂ ਖੜਾ ਨਹੀਂ ਹੋਣਾ ਟਰੈਕਟਰ ਦੇ ਵਿੱਚ ਉਹ ਹੁੰਦਾ ਹੀ ਆ ਓਬਵੀਅਸਲੀ ਆ ਟਰੈਕਟਰ ਕਿਹੜਾ ਇੱਥੇ ਆਪਣਾ ਸੜਕਾਂ ਦੂਜੀਆਂ ਨੇ ਵੀ ਐਂ ਹੱਥ ਨੂੰ ਧਰਨਾ ਪੈ ਜਾਵੇ ਬੰਦੇ ਦੇ ਟਰੈਕਟਰ ਜਿਹੜੇ ਪਹਿਲਾਂ ਨਹੀਂ ਪੈਂਦੇ ਅੱਜ ਕੱਲ੍ਹ ਦੇ ਜਵਾਕਾਂ 'ਚ ਪੈ ਜਾਂਦੀ ਆ ਕਿਸੇ ਨੇ ਕਾਰਡ ਨਹੀਂ ਹੈਗੀ ਸੋ ਲਓ ਜੀ ਬਾਪੂ ਨੇ ਕਰ ਲਿਆ ਟਰੈਕਟਰ ਸਟਾਰਟ ਕਹਿੰਦਾ ਮਿੱਤਰੋ ਕੱਸ ਕੇ ਹੱਥ ਪਾ ਲਓ ਚੱਲੇ ਆ ਚੱਲੇ ਆ ਸੰਤਾਨ ਸਾਹਿਬ ਵਾਲੇ ਮੇਲੇ 'ਤੇ ਸੰਤਾਨ ਸਾਹਿਬ ਜਾਂਦਾ ਜੀ ਤੁਹਾਨੂੰ ਬੁੱਧਰਾ ਕਿਵੇਂ ਆ ਜੇ ਬਾਈ ਆਹ ਗੋਰਾ ਪਿੰਡ ਹੁੰਦਾ ਨਾ ਆਪਣੇ ਫਿਰ ਇਹਦੇ ਗਾਣੇ ਲਾ ਕੇ ਚਲਾ ਸਿੱਧੂ ਮੂਸੇਵਾਲੇ ਦੇ ਅੱਧਾ ਪਿੰਡ ਦੰਦਾ ਬਾਈ ਦਾ ਦੂਜਾ ਅੱਧਾ ਪਿੰਡ ਦੰਦਾ ਪੂਰਾ ਸਾਥ ਜੱਟ ਦਾ ਪਿੰਡ ਲਓ ਜੀ ਗੋਰੀਆਂ ਟੱਪਦੀਆਂ ਮੂਹਰੇ ਇਹ ਘੋੜੇ ਬਈ ਪਤਾ ਇੱਕ ਪੰਜ ਹੁਣ ਆਉਂਦਾ ਆ ਗਿਆ ਹੱਥ ਪਾ ਲਿਓ ਰਮਨ ਲਓ ਜੀ ਲੈਟਸ ਗੋ ਲਓ ਜੀ ਸਹੀ ਆ ਹਾ ਹਾ ਕੀ ਬਾਤ ਹੈ ਬਾਕੀ ਰੂਹ ਖੁਸ਼ ਹੋ ਗਈ ਯਾਰ ਸੌਂ ਲੱਗੀ ਅੱਜ ਤਾਂ ਮੈਂ ਕਹਿੰਦਾ ਮੈਂ ਬਹੁਤ ਵਲੌਗ ਬਣਾਇਆ ਆਹ ਮੇਰਾ ਫੇਵਰੇਟ ਵਲੌਗ ਹੈ
ਨਜ਼ਾਰਾ ਆਉਂਦਾ ਤੁਸੀਂ ਹਾਂਜੀ ਉਹ ਦੇ ਨਾਮ ਕੀ ਹੋ ਟੈਟ ਨੇ ਬਾਈ ਪੰਜਵਾਂ ਪਾ ਰੱਖਿਆ ਕਹਿੰਦਾ ਬਹਿ ਜਾਓ ਓਕੇ ਸਮਰ ਸਪਾਈਡਰ ਨਾਈਟ ਆ ਸਾਰੇ ਦਰਖਤ ਨੇ ਇਹ ਹਜੇ ਪੱਕੇ ਨਹੀਂ ਹੈਗੇ ਆਪਣੇ ਐਪਲ ਮਤਲਬ ਸੇਬਾਂ ਦੇ ਹੈ ਸੇਬਾਂ ਦੇ ਨੇ ਸੇਬਾਂ ਦਾ ਬਸ ਸੇ ਆਪਣੇ ਕਹਿੰਦਾ ਪੰਜਾਬੀ ਦੱਸ ਰਹੀ ਹਾਂ ਮੈਂ ਪੰਜਾਬੀ ਸੇਬ ਭਾਈ ਸੇਓ ਇਹ ਸੇਓਆਂ ਦੇ ਬਾਗ ਨੇ ਮੈਂ ਅਸੀਂ ਮਾਊਂਟੇਨ ਬਲੂ ਜਾ ਕੇ ਆਏ ਪਿਛਲੀ ਟ੍ਰਿਪ ਤੇ ਬਸ ਆਹ ਨਜ਼ਾਰਾ ਹੀ ਦੇਖੀ ਲਓ ਜੀ ਭਾਈ ਕਿਆ ਬਾਤ ਹੈ ਲਓ ਜੀ ਹੁਣ ਰੇਤਾ ਉੱਡ ਰਿਹਾ ਜੀ ਸਾਹਮਣੇ ਬਾਈ ਸਾਰਾ ਬਾਗ ਜਿੱਥੇ ਤੱਕ ਨਿਗਾਹ ਜਾਂਦੀ ਹੈ ਕਹਿੰਦਾ ਇੱਧਰ ਜਗ੍ਹਾ ਜੀ ਕਹਿੰਦਾ ਜਿੱਥੇ ਤੱਕ ਨਿਗਾਹ ਜਾਂਦੀ ਆ ਉਹ ਆਪਣੀ ਜ਼ਮੀਨ ਹੈ ਜੀ ਟਰੈਕਟਰ ਨੇ ਤਾਂ ਬਾਈ ਸਿਰਾ ਲਾਤਾ ਪੰਜਵੇਂ 'ਚ ਰੱਖਿਆ ਟਰੈਕਟਰ ਹਜੇ ਸੇਬ ਪੱਕੇ ਨਹੀਂ ਹੈਗੇ ਗੁਰਸੀਰਤ ਨੇ ਬੜਾ ਇੰਜੋਏ ਕੀਤਾ ਜੀ ਪਹੁੰਚ ਗਏ ਆਪਾਂ ਹੁਣ ਰੈਸਟੋਰੈਂਟ ਚੱਲਦੇ ਹਾਂ ਉੱਧਰ ਦੇਖਦੇ ਹਾਂ ਕੀ ਕੁਛ ਖਾਣ ਪੀਣ ਨੂੰ ਅਤੇ ਕਹਿੰਦੇ ਛੋਟੀ ਜਿਹੀ ਮਾਰਕੀਟ ਆ ਨਾਲੇ ਗੱਲਾਂ ਬਾਤਾਂ ਕਰਾਂਗੇ ਅਤੇ ਦਿਖਾਉਣੇ ਅੱਜ ਬਸ ਸੋ ਦੋਸਤੋ ਪਹਿਲਾ ਐਕਸਪੀਰੀਅੰਸ ਸੀਗਾ ਵੈਸੇ ਕੈਨੇਡਾ ਦੇ ਫਾਰਮ 'ਚ ਨਾ ਜਿੱਦਾਂ ਮੈਂ ਬਾਈ ਮਿੰਟੂ ਦੀਆਂ ਬਹੁਤ ਵੀਡੀਓ ਦੇਖੀਆਂ ਨੇ ਆਸਟ੍ਰੇਲੀਆ ਦੀ ਫਾਰਮਿੰਗ ਕਿੱਦਾਂ ਹੁੰਦੀ ਹੈ ਨਾ ਇੱਥੇ ਵੀ ਸੇਮ ਚੀਜ਼ਾਂ ਹੈਗੀਆਂ ਨੇ ਪਰ ਜਦੋਂ ਸ਼ਹਿਰ ਤੋਂ ਦੂਰ ਜਾਈਏ ਪਹਿਲਾਂ ਮੈਂ ਸਟੂਡੈਂਟ ਸੀਗਾ ਵਰਕ ਪਰਮਿਟ ਦਾ ਟਾਈਮ ਨਹੀਂ ਲੱਗਦਾ ਸੀ ਹੁਣ ਥੋੜ੍ਹਾ ਥੋੜ੍ਹਾ ਨਿਕਲਣ ਲੱਗਿਆ ਆਸੇ ਪਾਸੇ ਲੋਕਾਂ ਨਾਲ ਜਾਣੂ ਹੋ ਗਏ ਨਾ ਅਤੇ ਬਹੁਤ ਲੋਕ ਜਿੱਦਾਂ ਖੇਤੀ ਕਰਨ ਵਾਲੇ ਵੀਰ ਹੈਗੇ ਵੀ ਨੇ ਹੌਲੀ ਹੌਲੀ ਉਹਨਾਂ ਤੱਕ ਵੀ ਅਪਰੋਚ ਕਰਾਂਗੇ ਅਤੇ ਵੀ ਕਿਉਂਕਿ ਲੋਕ ਜਿਵੇਂ ਟਰੱਕਾਂ 'ਤੇ ਮੇਨ ਬਿਜ਼ਨਸ ਬਹੁਤਾਂ ਦਾ ਫਾਰਮਿੰਗ ਆ ਪਿੱਛੇ ਜੇ ਪ੍ਰਾਈਮ ਏਸ਼ੀਆ ਨੇ ਮਸ਼ਹੂਰ ਨਹੀਂ ਕੀਤੀ ਸੀ $5 ਤੋਂ 500 ਏਕੜ ਜ਼ਮੀਨ ਬਣੀ ਅਤੇ ਵੀ ਮੈਂ ਹੁਣ ਇੱਥੇ ਕਿਸੇ ਦੇਸ਼ ਦੀ ਗੱਲ ਨਹੀਂ ਕਰਦਾ ਪਰ ਜੇ ਇੱਥੇ ਇਸ ਦੇਸ਼ ਇਸ ਮੁਲਕ ਦੇ ਵਿੱਚ ਮਿਹਨਤ ਕਰਕੇ ਜੇ ਖੇਤੀ ਕਰੀ ਜਾਵੇ ਬਹੁਤ ਮੁੱਲ ਹੈ ਹਰੇਕ ਚੀਜ਼ ਦਾ ਹੀ ਮੁੱਲ ਆ ਗੱਲ ਖਤਮ ਠੀਕ ਆ ਅਤੇ ਅਕਸਰ ਜਦੋਂ ਅਸੀਂ ਲੰਘਦੇ ਹੁੰਦੇ ਨਾ ਕਈ ਵਾਰੀ ਟਰੈਕਟਰ ਲੈ ਕੇ ਪਿੰਡਾਂ ਵਿੱਚ ਦੀ ਇੰਨੇ ਸੋਹਣੇ ਸੋਹਣੇ ਟਰੈਕਟਰ ਗੋਰਿਆਂ ਕੋਲ ਅਤੇ ਉਹਨਾਂ ਕੋਲ ਜ਼ਮੀਨਾਂ ਵੀ ਹੁੰਦੀਆਂ ਨੇ ਕਿਤੇ ਨਾ ਕਿਤੇ ਬਹੁਤ ਬਹੁਤ ਜ਼ਿਆਦਾ ਜਿੱਥੇ ਨਿਗਾਹ ਪੈਂਦੀ ਆ ਕਿਰਾਂ ਨਾ ਮੈਂ ਡਿਲੀਵਰੀ ਕਰਨ ਗਿਆ ਸੀ ਉੱਥੇ ਗੋਰੇ ਕੋਲ ਖੜਾ ਸੀ ਕਹਿੰਦਾ ਵੀ ਜਿੱਥੇ ਤੱਕ ਕਹਿੰਦਾ ਜਿਹੜੀ ਜਿੰਨੀ ਵੀ ਕਹਿੰਦਾ ਕਾਰ ਜਿੰਨੀ ਵੀ ਕਹਿੰਦਾ ਮੱਕੀ ਹੈ ਕਹਿੰਦਾ ਸਾਰੀ ਮੇਰੀ ਹੈ ਕਹਿੰਦਾ ਕਹਿੰਦਾ ਮੇਰੇ ਕੋਲ 3 ਟਰੈਕਟਰ ਨੇ ਬਾਕੀ ਉਹ ਵਲੌਗ ਨਹੀਂ ਬਣਾਇਆ ਸੀ ਉਦੋਂ ਆਪਾਂ ਯੂਟਿਊਬਰ ਨਹੀਂ ਸੀਗੇ ਠੀਕ ਹੈ ਜੀ ਪਰ ਵੀ ਕਿਤੇ ਨਾ ਕਿਤੇ ਇਹ ਦੇਖਦੇ ਨੇ ਵੀ ਹਾਂ ਟਰੈਕਟਰ ਲੈਂਦੇ ਆ ਜ਼ਮੀਨਾਂ ਨੇ ਉਹ ਤੋਂ ਬਾਅਦ ਫਿਰ ਸਰਕਾਰਾਂ ਵੀ ਪ੍ਰਮੋਟ ਕਰਦੀਆਂ ਹਨ ਚੀਜ਼ਾਂ ਨੂੰ ਅਤੇ ਆ ਜਾਓ ਤੁਹਾਨੂੰ ਹੁਣ ਹੋਰ ਘੁਮਾਉਂਦੇ ਹਾਂ ਅਤੇ ਦੱਸੀ ਚੱਲਿਓ ਵੀ ਕਿਵੇਂ ਦੇ ਲੱਗੇ ਫਿਰ ਮੈਂ ਇੱਦਾਂ ਦੀਆਂ ਹੋਰ ਵੀਡੀਓ ਲੈ ਕੇ ਹੀ ਆਊਂਗਾ ਓਬਵੀਅਸਲੀ ਨਾ ਸਟੂਡੈਂਟ ਵਾਲਾ ਚਲੋ ਚੱਲੀ ਜਾਂਦਾ ਆਪਣਾ ਫੈਮਿਲੀ ਵਾਲਾ ਵੀ ਚੱਲੀ ਜਾਂਦਾ ਇਨਫੋਰਮੇਸ਼ਨ ਵਾਲੀਆਂ ਬਾਕੀ ਟਰੈਕਿੰਗ ਵਲੌਗ ਵੀ ਚੱਲਦੇ ਆ ਇੱਦਾਂ ਦੇ ਸੋਹਣੇ ਲੱਗੋ ਤੁਹਾਨੂੰ ਜਲਦੀ ਜਿੱਦਾਂ ਬੇਰੀ ਤੋੜਨ ਵਾਲਾ ਕਾਰੋਬਾਰ ਹੈ ਨਾ ਹੋਰ ਸਾਰਾ ਕੁਝ ਲੈ ਕੇ ਆਵਾਂਗੇ ਚਲੋ ਜੀ ਹੁਣ ਗੁਰਸੀਰਤ ਨੂੰ ਦੁੱਧ ਪਿਆਉਂਦੇ ਹਾਂ ਹਾਂਜੀ ਲੈ ਗਈ ਨਜ਼ਾਰਾ ਸਾਡੀ ਕੁੜੀ ਦੀ ਹਾਂ ਪੁੱਤ ਕਿਵੇਂ ਲੱਗਿਆ ਬਈ ਸਿਰਾ ਸਿਰਾ ਭਾਈ ਸਿਰਾ ਹਜੇ ਬੋਲਿਆ ਨਹੀਂ ਜਾਂਦਾ ਪਰ ਸਮਝ ਲਓ ਤੁਸੀਂ ਸਿਰਾ ਹੀ ਹੈ ਆ ਜਾਓ ਰਮਨ ਲਓ ਜੀ ਬਾਪੂ ਤਾਂ ਹੋਰ ਸਵਾਰੀਆਂ ਲੈ ਕੇ ਚੱਲਦਾ ਹੁਣ ਹਜੇ ਸਾਰੀ ਕੱਚੇ ਆ ਨਾ ਹਾਂ ਸਾਰੀ ਕੱਚੇ ਆ ਲਓ ਜੀ ਲਓ ਜੀ ਇਹ ਮੱਖੀਆਂ ਵਾਲਾ ਇਹਨਾਂ ਨੇ ਰੱਖਿਆ ਸੱਚੀ ਮਿੱਚੀ ਦੇ ਵਿੱਚ ਹੈਗੀਆਂ ਨੇ ਮੱਖੀਆਂ ਥੱਲੇ ਸ਼ਹਿਦ ਵਾਲੀ ਮੱਖੀ ਸੱਚੀ ਮਿੱਚੀ ਲੱਗਦੀ ਹੈ ਨਾ ਇਹ ਉਹ ਵੀ ਦਿਖਾਉਣਾ ਤੁਹਾਨੂੰ ਕੀ ਆ ਟਰੈਕਟਰ ਦੇ ਮੂਹਰੇ ਭਾਜੀ ਲੱਗਿਆ ਹੋਇਆ ਕਰਾ ਹੁਣ ਡੋਲੂ ਆ ਕਿ ਬਾਲਟੀ ਆ ਤੁਸੀਂ ਦੇਖਣਾ ਕਿਹੜਾ ਕਰਾ ਅਸੀਂ ਮੈਂ ਕਿੰਨੇ ਟਾਈਮ ਦੀ ਮੈਂ ਲੱਭੀ ਜਾਣਾ ਜੀ ਕੋਈ ਚੀਜ਼ ਲੱਭੇ ਨਾ ਵੀ ਜਿੱਥੇ ਆਹ ਕੁਛ ਹੋ ਗਿਆ ਮਾਹੌਲ ਜਾਣਾ ਪਰਾਲੀ ਪਰੂਲੀ ਜੀ ਘੈਂਟ ਆ ਟਰੈਕਟਰ ਹੀ ਹੈ ਮਤਲਬ ਮੂਹਰੇ ਕਰਾਹ ਪਾਇਆ ਹੋਇਆ ਅਤੇ ਹੁਣ ਆਪਾਂ ਉੱਧਰ ਚੱਲਦੇ ਹਾਂ ਆਈਡੀ ਵਾਲੇ ਪਾਸੇ ਦੀ ਲੈਟਸ ਗੋ ਉੱਧਰ ਕਰਦੇ ਹਾਂ ਲਓ ਜੀ ਜਦੋਂ ਤੁਸੀਂ ਥੱਕ ਜਾਓ ਇੱਥੇ 3 ਘੰਟਾ ਦੀ ਹੁੰਦੀ ਵੈਸੇ
3 ਘੰਟੇ ਕੁਝ ਵੀ ਕਰ ਸਕਦੇ ਹੋ 11 ਡਾਲਰ ਨਾਲ ਜਨਾ ਆਰਾਮ ਨਾਲ। ਲਓ ਜੀ ਆ ਰੈਸਟੋਰੈਂਟ ਬਣਿਆ, ਤੁਸੀਂ ਖਾਣਾ ਪੀਣਾ ਹੋਇਆ ਇੱਥੇ ਬਹਿ ਕੇ ਪਰਿਵਾਰ ਨਾਲ, ਕਿਚਨ ਹੈ ਨਾ ਪ੍ਰੋਪਰ ਇੱਥੇ, ਜੇ ਰੋਟੀ ਪਾਣੀ ਖਾਣਾ ਬਹੁਤ ਲੰਮਾ ਇਹਨਾਂ ਦਾ, ਇੰਜੋਏ ਕਰ ਸਕਦੇ ਹੋ ਖੁੱਲ੍ਹਾ ਯਾਰ, ਫ੍ਰੀ ਵਾਈਫਾਈ ਵੀ ਦਿੰਦੇ ਬਾਈ। ਕਿਉਂ ਪਤਾ ਕਿਵੇਂ ਲੱਗਿਆ ਓਏ, ਸਿਰਾ ਸੀ ਨਾ, ਸਿਰਾ ਸੀ ਨਾ, ਮੈਨੂੰ ਪਤਾ ਸਿਰਾ ਲੱਗਿਆ ਤੈਨੂੰ, ਦੰਦ ਕੱਢੀ ਜਾਂਦਾ, ਕੱਢ ਹੱਥ ਆਬੂ, ਕਿਵੇਂ ਲੱਗਿਆ, ਸਿਰਾ ਸੀ, ਸਿਰਾ ਸੀ ਨਾ, ਆ ਤੇਰੀ ਵਾਹ, ਲੈ ਫੜੋ ਉਂਗਲੀ ਫੜ ਚੱਲੀਏ। ਲਓ ਜੀ ਅਸੀਂ ਤਾਂ ਬਾਈ ਆਹ ਲਿਆ, ਪਤਾ ਨਹੀਂ ਕੀ ਆ, ਪੋਪ ਸ਼ੋਪੀ ਔਰੇਂਜ, ਅਤੇ ਹੈਗਾ ਸਾਈਡਰ ਸੂਡਰ, ਪਤਾ ਨਹੀਂ ਕੀ ਆ, ਪੀ ਕੇ ਦੱਸਾਂਗੇ, ਐਪਲ ਸਾਈਡਰ। ਆਹ ਹੈਗਾ ਵਾਟਰ ਬੋਟਲ, ਬਹੁਤ ਸਸਤੇ ਨੇ ਬਾਈ, 9 ਡਾਲਰਾਂ ਦਾ ਨਾ ਵੀ, ਜਿੱਦਾਂ ਬਾਹਰੋਂ ਵੀ ਆਪਾਂ 4 ਦੀ ਮਿਲਦੀ ਆ ਪੰਪ ਤੋਂ, 3-3.5 ਡਾਲਰਾਂ ਦੀ ਆ। ਸੋ ਇੱਥੇ ਤੁਸੀਂ ਨਾਲ ਵੀ ਲਿਆ ਸਕਦੇ ਹੋ ਅਤੇ ਆਪਦਾ ਵੀ ਖਾ ਸਕਦੇ ਹੋ, 3 ਘੰਟੇ ਨਜ਼ਾਰੇ ਲੁੱਟ ਸਕਦੇ ਹੋ। ਸਾਰੇ ਖਾਲੀ ਪਿਆ ਬਾਈ, ਕਿਉਂਕਿ ਪਤਾ ਨਹੀਂ ਲੋਕੇਸ਼ਨ ਦਾ, ਬਹੁਤ ਲੋਕਾਂ ਨੂੰ ਮਿਲਟਨ 'ਚ ਪੈਂਦੀ ਆ ਹੈ ਨਾ, ਮਿਲਟਨ, ਬ੍ਰੈਂਪਟਨ ਵਾਲਿਆਂ ਨੂੰ ਸਿਰਫ 15 ਕੁ ਮੇਰੇ ਖਿਆਲ 'ਚ। ਪ੍ਰੋਗਰਾਮ ਵੀ ਹੁੰਦੇ ਰਾਤਾਂ ਨੂੰ ਇੱਥੇ, ਜਿੱਦਾਂ ਕੋਈ ਵੀ ਤੁਸੀਂ ਸੀਜ਼ਨ ਜਿਹੜਾ, ਬਾਕੀ ਮਾਹੌਲ ਪੂਰਾ ਵਧੀਆ, ਗਾਣੇ ਗੁਣੇ ਜਿਹੜੇ, ਪਾਣੀ ਪੂਣੀ ਜਿਹਾ ਹੈਗਾ। ਚਲੋ ਮਾਰਕੀਟ ਲੈ ਕੇ ਚੱਲਦੇ ਸਾਨੂੰ, ਕੀ ਕੁਛ ਦਿੰਦੇ ਆ ਜੀ, ਮਾਰਕੀਟ ਚੱਲ। ਐਪਲ ਦੇ ਰਿਲੇਟਡ ਸਮਾਨ ਬਣਦਾ ਹੈ ਨਾ, ਜਿੱਦਾਂ ਦਾਰੂ ਦੱਪਾ ਹੋ ਗਿਆ ਨਾ, ਦਾ ਅਤੇ ਬਾਕੀ ਐਪਲ ਪਾਈਆਂ ਜਿੱਦਾਂ ਹੁੰਦੀਆਂ ਨੇ, ਇਹਦੇ 'ਚ ਫਰੋਜਨ ਕੀਤੀਆਂ ਹੋਈਆਂ ਨੇ ਜਿਹੜੀਆਂ, ਨਹੀਂ ਫਰੋਜਨ ਨਹੀਂ ਹੈਗੀਆਂ ਇਹ, ਇਹ ਐਪਲ ਪਾਈ ਕਾਫੀ ਪ੍ਰੋਮੋ ਹੋ ਰਹੀ ਹੈ, ਐਪਲ ਪਾਈ ਬਾਹਰੋਂ ਵੀ ਲੈ ਕੇ ਆਉਂਦੇ ਪਰ ਡਿਪੈਂਡ ਕਰਦਾ ਭਾਈ ਕਿੱਥੋਂ ਲੈ ਕੇ ਆਉਂਦੇ, ਐਪਲ ਜਦੋਂ ਆਪਾਂ ਬਾਹਰੋਂ ਵੀ ਹਣੀ ਲੈਂਦੇ ਨੇ, ਜਦੋਂ ਸ਼ਹਿਦ ਲੈ ਕੇ ਆਉਂਦੇ ਹਾਂ, ਜਦੋਂ 10 ਦਿਨਾਂ ਬਾਅਦ ਹੋਰ ਜਿਹੀ ਹੋ ਜਾਂਦਾ, ਉਹ ਚਿੱਟਾ ਜਿਹਾ ਖੰਡ 'ਚ ਨਿਕਲ ਆਉਂਦੀ ਉਹਦੀ। ਸੋ ਪ੍ਰੈਫਰ ਕਰਿਆ ਕਿਸੇ ਫਾਰਮ ਮਾਰਕੀਟ 'ਚੋਂ, ਤਾਂ ਸਿੱਧਾ ਕਿਸਾਨ ਤੋਂ ਲਿਆ ਕਰੋ, ਬਹੁਤ ਵਧੀਆ। ਜੇ ਆਪਾਂ ਇੱਥੇ ਗੱਲ ਕਰੀਏ, ਵਾਲਮਾਰਟ ਹੋ ਗਏ, ਫਰੈਸ਼ਕ ਹੋ ਗਏ, ਉਹ ਆਹ ਚੀਜ਼ਾਂ ਨੂੰ ਖਾ ਗਏ ਹੈ ਨਾ, ਉਹੀ ਕੁਛ ਹੁਣ ਇੰਡੀਆ ਚੱਲਦਾ। ਆ ਜਾਓ ਜੀ, ਦੇਖੋ ਉੱਧਰ ਵੀ ਕੁਛ ਹੈਗਾ ਨਾ, ਨਹੀਂ ਲੁੱਕ ਪਾਈ ਉਹਦਾ ਤਾਂ ਸੱਚ ਸਾਹਮਣੇ, ਬੰਦ ਹੈ, ਲੁੱਕ ਪਾਈ ਹੋਈ ਹੈ ਸ਼ਾਇਦ। ਲਓ ਜੀ, ਬਾਕੀ ਇਹ ਸਿਰਫ ਸਿਰਫ ਇਹਨਾਂ ਦੇ ਕੋਲ ਸਾਰਾ ਕੁਛ ਹੀ ਆ, ਲੇਖ ਲਓ, ਕੋਈ ਇੰਨਾ ਮਹਿੰਗਾ ਨਹੀਂ ਵੈਸੇ, ਆਪਾਂ ਕਹਿ ਸਕਦੇ ਹਾਂ ਰਮਨ 6 ਡਾਲਰਾਂ ਦਾ ਜੈਮ ਹੈ ਨਾ, ਉਸ ਹਿਸਾਬ ਦੇ ਮੁੱਲ ਕਰਦੀ ਹੈ ਇੱਥੇ। ਹਨੀ ਵੀ ਪਿਆ ਜੇ ਇੱਥੇ ਤੁਸੀਂ ਲੈਣਾ ਹੋਵੇ, ਵਾਈਲਡ ਫਲਾਵਰ ਇਹਨਾਂ ਕੋਲ ਰੀਅਲ ਹਨੀ ਹੈ ਨਾ, ਜੇ ਤੁਸੀਂ ਕਿਸੇ ਨੇ ਲੈਣਾ ਹੋਵੇ ਡਿਫਰੈਂਟ ਸੋਹਣਾ ਸੋਹਣਾ ਜਿੱਦਾਂ ਕੁਛ ਵੀ ਲੈ ਸਕਦੇ ਹਨੀ ਹੇਅਰ। ਹਾਂਜੀ ਹਾਂਜੀ, ਨਹੀਂ ਇਹ ਉਹੀ। ਲਓ ਵੀ ਦੋਸਤੋ, ਸਾਨੂੰ ਤਾਂ ਦੇਖ ਕੇ ਬਾਈ ਬਹੁਤ ਨਜ਼ਾਰਾ ਆਇਆ, ਪੈਸਾ ਵਸੂਲ ਸੀ ਪੂਰਾ। ਤੁਸੀਂ ਵੀ ਜ਼ਰੂਰ ਆਇਓ ਪਰਿਵਾਰ ਨੂੰ ਲੈ ਕੇ ਆਪਦੇ ਨੂੰ, ਆਹ ਐਪਲ ਥੋੜ੍ਹੇ ਥੋੜ੍ਹੇ ਪੱਕੇ ਪਏ ਨਾ, ਲਾਲਚ ਹੋਏ ਪਏ ਨੇ, ਅਤੇ ਲਓ ਜੀ ਚਲੋ ਜੀ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਇੱਦਾਂ ਦੇ ਨਾਲ, ਹੈ ਨਾ, ਵੀ ਬੇਰੀਆਂ ਬੂਰੀਆਂ ਤੋੜਾਂਗੇ ਅਤੇ। ਹਾਂਜੀ ਇਹ ਹੈਗਾ ਇਹਨਾਂ ਦਾ, ਉਹ ਫਾਰਮਿੰਗ ਓਪਨ ਨੈਕਸਟ ਜੂਨ, ਫਾਰਮ ਓਪਨਿੰਗ ਸਟਿਲ ਓਪਨ ਹੈ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਹੁਣ ਆਪਾਂ ਚੱਲੀਏ ਬਾਈ। ਡਰੋਨ ਸ਼ੂਟ ਲੈ ਨਹੀਂ ਸਕਦੇ ਸੀ, ਨਹੀਂ ਦਿਖਾਉਂਦੇ ਫਾਰਮ ਡਰੋਨ ਨਾਲ, ਬਹੁਤ ਸੋਹਣਾ ਆਉਂਦਾ ਹੁੰਦਾ, ਅਤੇ ਅਸੀਂ ਤਾਂ ਚੱਲੇ ਜੀ। ਦੱਸਿਓ ਕਿੱਦਾਂ ਦੀ ਲੱਗੀ ਵੀਡੀਓ, ਨਾ ਫੀਡਬੈਕ ਜ਼ਰੂਰ ਦਿਓ। ਜੇ ਕੋਈ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਇੱਥੇ ਕੈਨੇਡਾ ਦੇ ਵਿੱਚ ਆਸੇ ਪਾਸੇ ਕੋਈ ਫਾਰਮਿੰਗ ਵਗੈਰਾ ਕਰਦਾ, ਕੋਈ ਵੀਡੀਓ ਵਗੈਰਾ ਬਣਾਉਣਾ ਚਾਹੁੰਦਾ, ਤਾਂ ਜ਼ਰੂਰ ਮੇਰੇ ਨਾਲ ਕੰਟੈਕਟ ਕਰੇ ਜੀ। ਕਿਸੇ ਵੀ ਤਰ੍ਹਾਂ ਦੀ ਖੇਤੀ ਕਰਦਾ ਹੋਵੇ ਨਾ, ਫਾਰਮਿੰਗ ਦੇ ਰਿਲੇਟਡ ਕੁਛ ਵੀ, ਤਾਂ ਜ਼ਰੂਰ ਹੈ ਨਾ। ਅਤੇ ਆਹ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ, ਅਤੇ ਮਿਲਦੇ ਹਾਂ ਫਿਰ ਜੀ। ਇੰਨਾ ਪਿਆਰ ਦੇਣ ਦੇ ਲਈ ਪੇਂਡੂ ਕਨੇਡੀਅਨ ਚੈਨਲ ਨੂੰ ਬਹੁਤ ਧੰਨਵਾਦ, ਇਹ ਤੁਹਾਡਾ ਬਣਾਇਆ ਹੋਇਆ, ਅੱਜ ਤੱਕ ਪਹੁੰਚੇ ਹਾਂ ਆਪਾਂ, ਠੀਕ ਆ ਜੀ, ਅਤੇ ਤੁਹਾਡਾ ਸਾਰੀ ਉਮਰ ਕਰਜ਼ਦਾਰ ਰਹਾਂਗੇ ਆਪਾਂ ਸਾਰਿਆਂ ਦੇ, ਅਤੇ ਮਿਲਦੇ ਹਾਂ ਜੀ।